ਕਾਬੁਲ ਦਾ ਜਿੱਥੇ ਕਿ ਮੁੜ ਤੋਂ ਗੁਰਦੁਆਰਾ ਸਾਹਿਬ ਤੇ ਹਮਲਾ ਹੋਇਆ ਕਰਤੇ ਪ੍ਰਵਾਨ ਗੁਰਦੁਆਰਾ ਤੇ ਦਹਿਸ਼ਤਗਰਦੀ ਹਮਲਾ ਹੋਇਆ ਜਿੱਥੇ ਲਗਾਤਾਰ ਫਾਇਰਿੰਗ ਜਿਹੜੀ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਕੀਤੀ ਜਾ ਰਹੀ ਹੈ ਕਾਬੁਲ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਤੇ ਹਮਲਾ ਹੋਇਆ ਇਸ ਤੋਂ ਪਹਿਲਾਂ ਵੀ ਕਾਬੁਲ ਦੇ ਵਿੱਚ ਗੁਰਦੁਆਰਾ ਸਾਹਿਬ ਤੇ ਹਮਲਾ ਹੋ ਚੁੱਕੇ ਨੇ ਦਹਿਸ਼ਤਗਰਦੀ ਹਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਕਰਤੇ ਪ੍ਰਵਾਨ ਗੁਰਦੁਆਰੇ ਦੇ ਅੰਦਰ ਦਹਿਸ਼ਤਗਰਦਾਂ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਹੈ ਗੋਲੀਆਂ ਦੀ ਆਵਾਜ਼ਾਂ ਦੇ ਨਾਲ ਲੋਕ ਜਿਹੜੇ ਨੇ ਉਹ ਸਹਿਮੇ ਹੋਏ ਨੇ ਦਹਿਸ਼ਤਗਰਦਾਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਅੱਗ ਵੀ ਲਗਾ ਦਿੱਤੀ ਹੈ ਘਟਨਾ ਵੇਲੇ ਤਕਰੀਬਨ 10 ਲੋਕ ਮੌਜੂਦ ਸਨ ਜੋ ਜਾਣਕਾਰੀ ਮਿਲ ਰਹੀ ਹੈ ਦੱਸੇ ਕਿ ਬੀਤੇ ਅਕਤੂਬਰ ਮਹੀਨੇ ਵਿੱਚ ਦਹਿਸ਼ਤਗਰਦਾਂ ਨੇ ਗੁਰਦੁਆਰੇ ਦੇ ਵਿੱਚ ਭੰਨਤੋੜ ਕੀਤੀ ਸੀ ਇਸ ਤੋਂ ਪਹਿਲਾਂ ਸਾਲ 2020 ਦੇ ਵਿੱਚ ਵੀ ਹਮਲਾ ਗੁਰਦੁਆਰਾ ਸਾਹਿਬ ਤੇ ਕੀਤਾ ਗਿਆ ਸੀ ਔਰ ਅਜਿਹੇ ਵਿਚਕਾਰ ਲੋਕਾਂ ਦੇ ਵਿੱਚ ਖਾਸਾ ਸਹਿਮ ਹੈ ਜੋ ਤਸਵੀਰਾਂ ਦੇਖ ਰਹੇ ਹੋ ਜਿੱਥੇ ਕਿ ਫਾਇਰਿੰਗ ਦੀਆਂ ਆਵਾਜ਼ਾਂ ਵੀ ਆ ਰਹੀਆਂ ਨੇ ਤੇ ਹੁਣ ਇਹ ਅੱਗ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਐਕਸਕਲੂਸਿਵ ਤਸਵੀਰਾਂ ਤੁਸੀਂ ਇਸ ਵੇਲੇ ਪੀਟੀਸੀ ਨਿਊਜ਼ ਤੇ ਵੇਖ ਰਹੇ ਹੋ ਜਿੱਥੇ ਕਿ ਕਾਬੁਲ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਕਰਤੇ ਪ੍ਰਵਾਨ ਗੁਰਦੁਆਰੇ ਤੇ ਦਹਿਸ਼ਤਗਰਦੀ ਹਮਲਾ ਹੋਇਆ ਜਦੋਂ ਕਿ ਇਸ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਮੰਨਿਆ ਜਾ ਰਿਹਾ ਕਿ ਤਕਰੀਬਨ 10 ਲੋਕ ਮੌਜੂਦ ਸਨ ਹਾਲਾਂਕਿ ਕਿੰਨਿਆਂ ਨੂੰ ਕੁੱਲ ਕਿੰਨੀ ਗਿਣਤੀ ਸੀ ਕਿੰਨੇ ਦਹਿਸ਼ਤਗਰਦ ਨੇ ਕਿਉਂਕਿ ਕਈਆਂ ਦੇ ਮਾਰੇ ਜਾਣ ਦੀ ਵੀ ਖਬਰਾਂ ਨੇ ਅਜੇ ਵਿਚਕਾਰ ਖਾਸਾ ਸਹਿਮ ਇਸ ਵੇਲੇ ਪਾਇਆ ਜਾ ਰਿਹਾ ਕਾਬੁਲ ਤੇ ਕਰਤੇ ਪ੍ਰਵਾਨ ਗੁਰਦੁਆਰਾ ਤੇ ਦਹਿਸ਼ਤਗਰਦੀ ਹਮਲਾ ਆਵਾਜ਼ਾਂ ਗੋਲੀਆਂ ਦੀਆਂ ਜੋ ਅਨੇਵਾ ਫਾਇਰਿੰਗ ਅੰਦਰ ਕੀਤੀ ਜਾ ਰਹੀ ਕਰਤੇ ਪ੍ਰਵਾਨ ਗੁਰਦੁਆਰੇ ਤੇ ਦਹਿਸ਼ਤਗਰਦੀ ਹਮਲਾ ਹੋਇਆ ਤਸਵੀਰਾਂ ਜੋ ਐਕਸਕਲੂਸਿਵ ਤੁਸੀਂ ਪੀਟੀਸੀ ਨਿਊਜ਼ ਤੇ ਵੇਖ ਰਹੇ ਹੋ ਉੱਥੇ ਹੀ ਆਵਾਜ਼ਾਂ ਜਿਹੜੀਆਂ ਨੇ ਗੋਲੀਆਂ ਦੀਆਂ ਵੀ ਆ ਕਿਉਂਕਿ ਇਹ ਦਹਿਸ਼ਤਗਰਦਾਂ ਵੱਲੋਂ ਅਨੇਵਾ ਲਗਾਤਾਰ ਫਾਇਰਿੰਗ ਕੀਤੀ ਜਾ ਰਹੀ ਹੈ ਉੱਥੇ ਹੀ ਉਹ ਅੱਗ ਜਿਹੜੀ ਹੈ ਉਹ ਵੀ ਲਗਾ ਦਿੱਤੀ ਗਈ ਹੈ ਜਿਸ ਨਾਲ ਧੂਏ ਦਾ ਅੰਬਾਰ ਦੇਖਣ ਨੂੰ ਮਿਲ ਰਿਹਾ ਜੋ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਤਿੰਨ ਧਮਾਕਿਆਂ ਦੀ ਆਵਾਜ਼ ਵੀ ਆਈ ਹੈ ਜਿਸ ਦੇ ਨਾਲ ਕਾਬੁਲ ਜਿਹੜਾ ਸ਼ਹਿਰ ਹੈ ਉਹ ਇਸ ਵੇਲੇ ਦਹਿਲ ਗਿਆ ਹੈ ਕਿਉਂਕਿ ਕਈ ਲੋਕ ਜਿਹੜੇ ਗੁਰਦੁਆਰਾ ਸਾਹਿਬ ਦੇ ਬਾਹਰ ਸਨ ਉਹਨਾਂ ਵਿੱਚ ਬੇਹੱਦ ਦਹਿਸ਼ਤ ਪਾਈ ਜਾ ਰਹੀ ਹੈ ਲੇਕਿਨ ਕੁੱਲ ਕਿੰਨੀ ਗਿਣਤੀ ਸ਼ਰਧਾਲੂਆਂ ਦੀ ਅੰਦਰ ਸੀ ਇਸ ਬਾਰੇ ਹਲੇ ਕੁਝ ਸਾਫ਼ ਨਹੀਂ ਹੋਇਆ ਮੰਨਿਆ ਜਾ ਰਿਹਾ ਹੈ ਕਿ 10 ਲੋਕ ਸ਼ਾਇਦ ਗੁਰਦੁਆਰਾ ਸਾਹਿਬ ਦੇ ਵਿੱਚ ਅੰਦਰ ਮੌਜੂਦ ਸਨ ਲੇਕਿਨ ਦਹਿਸ਼ਤਗਰਦਾਂ ਨੇ ਇੱਥੇ ਗੁਰਦੁਆਰੇ ਦੇ ਵਿੱਚ ਵੜ ਕੇ ਅਨੇਵਾ ਫਾਇਰਿੰਗ ਕੀਤੀ ਹੈ ਜਿਸ ਦੀਆਂ ਆਵਾਜ਼ਾਂ ਤੁਸੀਂ ਸੁਣ ਸਕਦੇ ਹੋ ਦਹਿਸ਼ਤਗਰਦਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਇਹ ਜੋ ਜ਼ਬਰਦਸਤ ਫਾਇਰਿੰਗ ਕੀਤੀ ਗਈ ਐਕਸਕਲੂਸਿਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਿੰਨ ਧਮਾਕੇ ਵੀ ਜਿਹੜੇ ਨੇ ਉੱਥੇ ਹੋਏ ਦੱਸੇ ਜਾ ਰਹੇ ਨੇ ਜੋ ਜਾਣਕਾਰੀ ਸੂਤਰਾਂ ਤੋਂ ਮਿਲ ਰਹੀ ਹੈ ਉੱਥੇ ਹੀ ਅੱਗ ਦਾ ਗੁਬਾਰ ਜਿਹੜਾ ਹੈ ਦੇਖਿਆ ਜਾ ਸੋ ਸਾਡੇ ਨਾਲ ਆਰਪੀ ਸਿੰਘ ਬੀਜੇਪੀ ਆਗੂ ਉਹ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਸਰ ਜਿਸ ਤਰ੍ਹਾਂ ਦੇ ਨਾਲ ਇਹ ਦਹਿਸ਼ਤਗਰਦੀ ਹਮਲਾ ਹੋਇਆ ਗੁਰਦੁਆਰਾ ਸਾਹਿਬ ਦੇ ਅੰਦਰ ਫਾਇਰਿੰਗ ਤੁਹਾਡੇ ਕੋਲ ਕੀ ਕੁਝ ਜਾਣਕਾਰੀ ਇਸ ਪੂਰੇ ਮਾਮਲੇ ਲੈ ਕੇ ਆਈ ਹੈ ਤੁਹਾਡੀ ਕਿਸੇ ਨਾਲ ਗੱਲ ਹੋਈ ਹੈ ਉੱਥੇ ਜੋ ਮੇਰੇ ਕੋਲ ਜਾਣਕਾਰੀ ਆ ਰਹੀ ਹੈ ਕਿ ਉੱਥੇ ਕੁਝ ਲੋਕੀ ਹਲਾਕ ਹੋਏ ਨੇ ਕੁਝ ਲੋਕੀ ਮਾਰੇ ਗਏ ਨੇ ਜੋ ਉੱਥੇ ਦੇ ਪ੍ਰਧਾਨ ਨੇ ਉਸਨੇ ਸਾਡੇ ਸੱਜਣ ਨਾਲ ਗੱਲ ਕੀਤੀ ਉਹਨੂੰ ਦੱਸਿਆ ਕਿ ਕਿੱਦਾਂ ਉੱਥੇ ਕੁਝ ਲੋਕੀ ਅੰਦਰ ਗੁਰਦੁਆਰਾ ਸਾਹਿਬ ਦੇ ਅੰਦਰ ਮਾਰੇ ਗਏ ਨੇ ਉਹ ਗੁਰਨਾਮ ਸਿੰਘ ਉੱਥੇ ਦੇ ਪ੍ਰਧਾਨ ਨੇ ਗੁਰਦੁਆਰੇ ਸਾਹਿਬ ਦੇ ਜੀ ਉਹਨਾਂ ਕੋਲ ਇਹ ਜਾਣਕਾਰੀ ਆਈ ਹੈ ਔਰ ਅਸੀਂ ਰਿਕੁਐਸਟ ਕੀਤੀ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਔਰ MEA ਸਾਹਿਬ ਨੂੰ ਮਿਸਟਰ ਚੰਦਰਸ਼ੇਖਰ ਸਾਹਿਬ ਨੂੰ ਕਿ ਤੁਰੰਤ ਇੱਥੇ ਗੱਲ ਕਰਨ ਦੀ ਇੰਟਰਵੈਂਸ਼ਨ ਕਰਨ ਕਿਉਂਕਿ ਗੁਰਦੁਆਰਾ ਸਾਹਿਬ ਵੀ ਜਾ ਕੇ ਗੋਲੀਆਂ ਚਲਾਉਣੀਆਂ ਔਰ ਉੱਥੇ ਜਾ ਕੇ ਲੋਕਾਂ ਨੂੰ ਹਲਾਕ ਕਰਨਾ ਉੱਥੇ ਮਾਰਨਾ ਲੋਕਾਂ ਨੂੰ ਜੀ ਇਹ ਕੋਈ ਵੀ ਧਰਮ
इजाजत नहीं दिता किसी भी धार्मिक स्थान से जाके गोलियां चलानी कोई धर्म इजाजत नहीं दिता। बिल्कुल, क्योंकि इस तो पहला भी काबुल में ही गुरुद्वारा साहब से इस तरह के नाल हमले हो चुके ने, कई लोगों की जान गई सी, और हुण जिस तरह के नाल एक बार फिर अजिही घटना वापरनी अपने आप च बहुत मनभागी घटना। बिल्कुल बहुत मनभागी है, प्लस यह कि थोड़े दिन पहले उन्होंने जे इंटीरियर मंत्री है वो एक टीवी से डिबेट से आके कह रहे थे कि नहीं सब ठीक है, असं सब कंट्रोल ही है और सारे इतने लॉ एंड ऑर्डर दिक्कत नहीं हैगी, और इदा घट गिनती के लोग उ मुश्किल नाल 70-80 सिख बच्चे होंगे उन्होंने भी इदा धक्का होएगा तो कितना गल बनेगी। बिल्कुल, लेकिन हुण सरकार केंद्र सरकार किस तरह के नाल इस लैके मामले में चुक रही है, क्योंकि मनिया जा रहा है कि हाले भी दहशतगर्द अंदर ही ने। मैं आखिया जी मैं असी बेनती की है ऑलरेडी प्रधानमंत्री जी और मिस्टर एक्सटर्नल अफेयर साहब न कि इतनी चिंता करन और चिंता करके उन्होंने इतने एम्बैसी जो इतने हैगी है जो होर कोई तरीके इंटरव्यून करके जो मामला उसे सरकार की चिंता करे उत्तर से काबिलियत की चिंता करे। बिल्कुल, और तुहाडे कोल कोई जानकारी कि क्या हले भी दहशतगर्द अंदर ही ने और क्या हले भी फायरिंग जारी है क्या? कोई पौना घंटा पहले तक से फायरिंग जारी थी जी। जी जी, बहुत बहुत शुक्रिया आरपी सिंह जी सा गल करने लिए। भाजपा आगू आरपी सिंह जिन्हों का मनना है कि यह जो मामला है यकीनन मनभागा है, और हालांकि हुण सरकार इस नूं लैके इंटरवेयर करेगी, प्रधानमंत्री नूं भी इस बाबत जिहड़ा है जाणू कराया गया है, लेकिन ये जो तस्वीरां ने वाकई अपने आप में दिल दहलाने वाली कि किस तरह के नाल गुरुद्वारा साहब, क्योंकि कोई धर्म अजिही इजाजत नहीं देता कि किसी की जिहड़ी धार्मिक थावां ते जाके इस तरह के नाल फायरिंग की जाए, इस तरह के नाल लोगों की जान ली जाए। लेकिन ये जो घटना वापरी और जिस नाल इस वेले गुब्बार तुसीं वेख रहे हो धुएं दा अंदाजा लगाया जा सकता है किस कदर इत्थे अग लगी है, क्योंकि तीन धमाकियां दी भी आवाज़ां सुनाई दित्तियां ने। अफगानिस्तान के काबुल में गुरुद्वारा करते परवान में आज सुबह दहशतगर्दों ने हमला कर दिया। इस हमले के अंदर कितने लोग गुरुद्वारे के अंदर घुसे इसकी जानकारी नहीं है, लेकिन मुसाफिरों के अलावा 10 लोग गुरुद्वारे में कुल थे। गुरुद्वारे के ग्रंथी थे, गुरु ग्रंथ साहिब महाराज जी का प्रकाश किया गया था जब ये हमला हुआ। वहां बम ब्लास्ट भी हुए हैं, अभी भी फायरिंग वहां पे चल रही है। मेरी गुरुद्वारे के प्रधान से और बाकी लोगों से बात निरंतर हो रही है, किसी को कुछ नहीं समझ में आ पा रहा। दहशतगर्दों के कब्जे में गुरुद्वारा और वहां पे खूब ब्लास्ट किए जा रहे हैं और फायरिंग की जा रही है। हम सब परमात्मा से वाहेगुरु से यही अरदास करते हैं कि सब तो सुरक्षित रहे और गुरुद्वारा वापस हमारे लोगों के हाथ में आए, इसकी हम सब लोग कामना करते हैं, अरदास करते हैं। जिस तरह तस्वीर और आवाजा की जड़ी है ऑडियो तुसी सुन रहे हो किस तरह अन्नेवा फायरिंग इत्थे कीती गई है, अते अग दे हुण गुब्बार जिहड़े ने ओह वेखे जा रहे ने, क्योंकि मन्निया जा रहा है कि अग लगा दित्ती गई अंदर। हालांकि कुल गिनती किन्नी है इस दे बारे कुछ भी ठोस तरीके नाल नहीं कहा सकता, लेकिन मन्निया जा रहा है कि तकरीबन 10 लोग, 10 श्रद्धालु जिहड़े ने ओह ग्रंथी साहिब नूं मिला के अंदर सन गुरुद्वारा साहिब दे विच, जिथे कि अज सवेरे यह दहशतगर्दी हमला होया, जिथे कि अन्नेवा इत्थे ताबड़तोड़ फायरिंग कीती गई है। फिलहाल जिहड़ा है हुण जिस तरह आरपी सिंह जो भाजपा आगू उन्हां दे नाल वी गल कीती, जिन्हां ने कहा कि प्रधानमंत्री दे नाल जो ते एमईए दे नाल गल कीती गई उन्हां दे ध्यान च पूरा मामला लियांदा गया तां जो छेती तो छेती इंटरवीन करन और इस गल नूं यकीनी बनाउण कि उत्थे हालात नूं काबू कीता जाए, क्योंकि इस हमले तो बाद दहशत जिहड़ी है पाई जा रही है, जिहड़ा घट गिनती भाईचारा उत्थे रह रिहा उन्हां दे विच सहम इस पूरी घटना तो बाद पाया जा रिहा। ताज़े के काबुल दे करते प्रवान गुरुद्वारा ते दहशतगर्दी हमला होया, जिस दियां तस्वीरां सामने आईयां ने, दहशतगर्दा वालों गुरुद्वारा साहब दे अंदर फायरिंग कीती गई है। करते प्रवान गुरुद्वारे ते दहशतगर्दी हमला दियां तस्वीरां और आवाज़ां जो ऑडियो भी सामने आई है कि किस तरह नाल इत्थे फायरिंग दहशतगर्दा वालों कीती गई है, कुल किन्ने लोग हलाक हुए ने, हालांकि यह जरूर किया जा रहा है कि कुछ लोग मारे गए ने, लेकिन किन्ने लोग, किन्नी गिनती, किन्ने दहशतगर्द, इस बारे हले कुछ भी तस्वीर साफ नहीं है। हालात की ने काबुल दे विच अफगानिस्तान दे विच ए तस्वीर एक बार फिर तो साफ करे, जिथे कि घट गिनती भाईचारा अपने आप नूं बिल्कुल भी महफूज जिहड़ा है महसूस नहीं कर रहा है। इस तो पहला भी ये हमले जिहड़े ने हो चुके ने, अक्तूबर महीने विच भनतोड़ की गई सी गुरुद्वारा साहब दे विच, इस पहला साल 2020 दे विच गुरुद्वारा साहब ते इसी तरह फायरिंग की गई सी, कई लोगों की जान चली गई सी, ते हुण एक बार फिर तो यही दहशतगर्दी हमला जिहड़ा है ओह गुरुद्वारा साहब दे विच कीता गया। एक्सक्लूसिव तस्वीरां तुसी वेख रहे हो दहशतगर्दी हमले दियां, और यह हमला होया है गुरुद्वारा साहब दे अंदर, और निखेधी बनदी है बुरी तरह दे नाल, क्योंकि कोई भी धर्म
ਇਹ ਇਜਾਜ਼ਤ ਨਹੀਂ ਦਿੰਦਾ ਨਾ ਇਹ ਸਿਖਾਉਂਦਾ ਹੈ ਕਿ ਕਿਸੇ ਦੇ ਧਾਰਮਿਕ ਥਾਂ ਤੇ ਜਾ ਕੇ ਇਸ ਤਰ੍ਹਾਂ ਦੇ ਨਾਲ ਬੇਕਸੂਰਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਏ ਉਹਨਾਂ ਤੇ ਫਾਇਰਿੰਗ ਕੀਤੀ ਜਾਏ ਉਹਨਾਂ ਦੀ ਜਾਨ ਲਈ ਜਾਏ ਲੇਕਿਨ ਫਿਲਹਾਲ ਕਾਬੁਲ ਦੇ ਵਿੱਚ ਇੱਕ ਘਟਨਾ ਵਾਪਰੀ ਜਿਸ ਨੂੰ ਲੈ ਕੇ ਹਰ ਕੋਈ ਸਖਤੇ ਵਿੱਚ ਹੈ ਭਾਰਤ ਵਿੱਚ ਵੀ ਇਸ ਨੂੰ ਲੈ ਕੇ ਹਰ ਪਾਸੇ ਨੇ ਖੇਦੀ ਹੋ ਰਹੀ ਹੈ ਸਾਬਕਾ ਐਸ ਜੀ ਪੀ ਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਲੌਂਗੋਵਾਲ ਜੀ ਜਿਸ ਤਰ੍ਹਾਂ ਨਾਲ ਇਹ ਹਮਲੇ ਦੀ ਖਬਰ ਤੁਹਾਡੇ ਤੱਕ ਵੀ ਪਹੁੰਚੀ ਹੋਏਗੀ ਤਸਵੀਰਾਂ ਵੀ ਦੇਖ ਰਹੇ ਹੋ ਕੀ ਕਹੋਗੇ ਇਸ ਪੂਰੇ ਹਮਲੇ ਨੂੰ ਲੈ ਕੇ ਜੋ ਦਹਿਸ਼ਤਗਰਦੀ ਗੁਰਦੁਆਰਾ ਸਾਹਿਬ ਦੇ ਅੰਦਰ ਹੋਇਆ ਬਹੁਤ ਅਫਸੋਸ ਦੀ ਗੱਲ ਹੈ ਦੇਖੋ ਕਾਬਲ ਦੇ ਵਿੱਚ ਬੜਾ ਨਾਮ ਪਿਛਲੇ ਸਮੇਂ ਤੋਂ ਲਗਾਤਾਰ ਉੱਥੇ ਹਮਲੇ ਹੋ ਰਹੇ ਨੇ ਕਿਤੇ ਗੁਰੂ ਗੁਰਦੁਆਰਾ ਸਾਹਿਬ ਤੇ ਹਮਲੇ ਹੋ ਰਹੇ ਨੇ ਕਿਤੇ ਉੱਥੇ ਸਿੱਖਾਂ ਨੂੰ ਮਾਰਿਆ ਜਾ ਰਿਹਾ ਕਿ ਉਜਾੜਿਆ ਜਾ ਰਿਹਾ ਹੈ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਜਿਸ ਤਰ੍ਹਾਂ ਇੱਕ ਗਿਣੀਮਤੀ ਸਾਸ ਦੇ ਅਧੀਨ ਇਸ ਤਰ੍ਹਾਂ ਦੀਆਂ ਜਿਹੜੇ ਘਟਨਾਵਾਂ ਹੋ ਰਹੀਆਂ ਨੇ ਉੱਥੇ ਇਹ ਬਹੁਤ ਨਿੰਦਣਯੋਗ ਹੈ ਮੈਂ ਸਮਝਦਾ ਕਿ ਭਾਰਤ ਸਰਕਾਰ ਨੂੰ ਵੀ ਚਾਹੀਦਾ ਅਤੇ ਉੱਥੇ ਉਹਨਾਂ ਨਾਲ ਗੱਲ ਕਰਕੇ ਅਫਗਾਨਿਸਤਾਨ ਨਾਲ ਇਹ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਸਾਡੇ ਧਰਮ ਸਥਾਨਾਂ ਦੇ ਉੱਤੇ ਇਸ ਤਰ੍ਹਾਂ ਅਟੈਕ ਹੋ ਰਹੇ ਨੇ ਇਹ ਬਹੁਤ ਹੀ ਅਫਸੋਸਨਾਕ ਨੇ ਇਹਦੇ ਨਾਲ ਸਾਰੀ ਸਿੱਖ ਕੌਮ ਦੇ ਜਿਹੜੇ ਨੇ ਹਿਰਦੇ ਬਿਦਰੇ ਜਾਂਦੇ ਨੇ ਸਾਰੀ ਸਿੱਖ ਕੌਮ ਜਿਹੜੀ ਹੈ ਇਸ ਗੱਲ ਦੀ ਨਿੰਦਾ ਵੀ ਕਰਦੀ ਹੈ ਸੋ ਉੱਥੋਂ ਦੇ ਗੁਰੂ ਘਰਾਂ ਦੀ ਰਾਖੀ ਕਰਨਾ ਵੀ ਉੱਥੋਂ ਦੀ ਸਰਕਾਰ ਦਾ ਫਰਜ਼ ਬਣਦਾ ਹੈ ਸਾਡੇ ਸਿੱਖਾਂ ਦੀ ਰਾਖੀ ਕਰਨਾ ਵੀ ਉੱਥੋਂ ਦੀ ਸਰਕਾਰ ਦਾ ਫਰਜ਼ ਬਣਦਾ ਹੈ ਸੋ ਇਹਦੇ ਲਈ ਭਾਰਤ ਸਰਕਾਰ ਨੂੰ ਥੋੜ੍ਹੇ ਜਿਹੇ ਤਕੜੇ ਫੈਸਲੇ ਲੈਣੇ ਚਾਹੀਦੇ ਤਕੜੇ ਹੋ ਕੇ ਜਿਹੜੀ ਹੈ ਗੱਲ ਉੱਥੋਂ ਦੀ ਸਰਕਾਰ ਦੇ ਨਾਲ ਕਰਨੀ ਚਾਹੀਦੀ ਹੈ ਬਿਲਕੁਲ ਕਿਉਂਕਿ ਕੋਈ ਵੀ ਧਰਮ ਤਾਂ ਇਹ ਇਜਾਜ਼ਤ ਨਹੀਂ ਦਿੰਦਾ ਕਿਸੇ ਦੇ ਧਾਰਮਿਕ ਥਾਂ ਤੇ ਜਾ ਕੇ ਇਸ ਤਰ੍ਹਾਂ ਦੇ ਨਾਲ ਨਿਰਦੋਸ਼ਾਂ ਦੀ ਹੱਤਿਆ ਕੀਤੀ ਜਾਏ ਕਿਉਂਕਿ ਇਸ ਤੋਂ ਪਹਿਲਾਂ ਵੀ ਸਾਲ 2020 ਚ ਗੁਰਦੁਆਰਾ ਸਾਹਿਬ ਤੇ ਹਮਲੇ ਕੀਤੇ ਗਏ ਸਨ ਬਿਲਕੁਲ ਕੋਈ ਵੀ ਧਰਮ ਐਸਾ ਨਹੀਂ ਹੈ ਕਿ ਕਿਸੇ ਦੂਜੇ ਧਰਮ ਦੀ ਨਿਰਾਦਰ ਕਰੇ ਜਾਂ ਹਮਲੇ ਕਰੇ ਕੋਈ ਵੀ ਧਰਮ ਇਹ ਗੱਲ ਨਹੀਂ ਸਿਖਾਉਂਦਾ ਹਰ ਧਰਮ ਪਿਆਰ ਸਦਭਾਵਨਾ ਦੀ ਗੱਲਾਂ ਕਰਦੇ ਨੇ ਸੋ ਐਸੇ ਜਿਹੜੇ ਧਰਮ ਦੇ ਵਿੱਚ ਕੋਈ ਵੀ ਮਾੜੇ ਅੰਸਰ ਹੁੰਦੇ ਨੇ ਇਹ ਅਰਾਜਕਤਾ ਪਾਉਣਾ ਚਾਹੁੰਦੇ ਨੇ ਜਾਂ ਉਹਨਾਂ ਦੀ ਕੋਈ ਮਨਸ਼ਾ ਹੋ ਜਾਂਦੀ ਹੈ ਉਹ ਜਿਹੇ ਲੋਕ ਜਿਹੜੇ ਨੇ ਇਹੋ ਜਿਹੇ ਕਾਰਨ ਘਟੀਆ ਕਾਰਨਾਮੇ ਕਰਦੇ ਨੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਲੌਂਗਵਾਲ ਜੀ ਸਾਡੇ ਨਾਲ ਗੱਲ ਕਰਨ ਲਈ ਸੋ ਜਿਸ ਨਾਲ ਇਹ ਘਟਨਾ ਵਾਪਰੀ ਹੈ ਨਿਖੇਧੀ ਹਰ ਪਾਸੇ ਹੋ ਰਹੀ ਹੈ ਤੇ ਹੁਣ ਭਾਰਤ ਸਰਕਾਰ ਨੂੰ ਹੀ ਅਪੀਲ ਕੀਤੀ ਜਾ ਰਹੀ ਹੈ ਕਿ ਛੇਤੀ ਇਸ ਮਾਮਲੇ ਦੇ ਵਿੱਚ ਜਿਹੜਾ ਦਖਲ ਦਿੱਤਾ ਜਾਏ ਇਸ ਗੱਲ ਨੂੰ ਯਕੀਨੀ ਬਣਾਇਆ ਜਾਏ ਜਿਹੜਾ ਘੱਟ ਗਿਣਤੀ ਭਾਈਚਾਰਾ ਕਾਬੁਲ ਦੇ ਵਿੱਚ ਰਹਿੰਦਾ ਉਸਦੀ ਸੁਰੱਖਿਆ ਜਿਹੜੀ ਹੈ ਹੋ ਸਕੇ ਉਸ ਨੂੰ ਯਕੀਨੀ ਬਣਾਉਣ ਦੇ ਲਈ ਕਦਮ ਚੁੱਕੇ ਜਾਣ।